ਦਾ ਅਖਾੜਾ ਭਖਿਆ ਹੋਇਆ ਹੈ। ਸਾਰੇ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੈਦਾਨ ਵਿੱਚ ਉਤਰ ਗਏ। ਉੱਥੇ ਹੀ ਚੋਣ ਮੈਦਾਨ ਵਿੱਚ ਬੀਬੀ ਬਲਜੀਤ ਕੌਰ ਪਤਨੀ ਸਰਦਾਰ ਨਛੱਤਰ ਸਿੰਘ ਆੜਤੀਆ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਟਰੈਕਟਰ ਚੋਣ ਮੈਦਾਨ ਵਿੱਚ ਆਏ। ਪਿੰਡ ਵਾਲਿਆਂ ਵੱਲੋਂ ਕਿਹਾ ਗਿਆ ਕਿ ਸਾਨੂੰ ਬੀਬੀ ਬਲਜੀਤ ਕੌਰ ਪਤਨੀ ਸਰਦਾਰ ਨਛੱਤਰ ਸਿੰਘ ਜੀ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਸਾਡੇ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਨ। ਮੇਰਾ ਨਾਮ ਵੀਰੂ ਜਸਪਾਲ ਸਿੰਘ ਪੱਪੂ ਜੀ, ਮੈਂ ਦੋ ਵਾਰ ਮੈਂਬਰ ਰਹਿ ਚੁੱਕਿਆ 7 ਨੰਬਰ ਵਾਰਡ ਤੋਂ ਜੀ। ਮੈਂ ਤਾਂ ਭਗਤ ਸਿੰਘ ਕੌਰ ਜੀ ਇਲੈਕਸ਼ਨ ਲੜ ਰਹੇ ਨੇ, ਕੀ ਕਹਿਣਾ ਚਾਹੋਗੇ, ਕਿਹੋ ਜਿਹਾ ਰੁਪਈਆ, ਕਿਹੋ ਜਿਹਾ ਪਰਿਵਾਰ ਹੈ? ਬਹੁਤ ਘੈਂਟ ਪਰਿਵਾਰ ਹੈ, ਬੇਦਾਗ ਬੰਦੇ ਨੇ, ਇਹਨਾਂ ਦਾ ਕਿਸੇ ਵੀ ਪਾਰਟੀ ਜਾਂ ਕਿਸੇ ਲੀਡਰ ਨਾਲ ਕੋਈ ਸੰਬੰਧ ਨਹੀਂ ਹੈ, ਕਿਸੇ ਨਾਲ ਤੁਰੇ ਨਾ ਹੀ ਇਹਨਾਂ ਦਾ ਕੋਈ ਹੋਰ ਵਿਰੋਧ ਆ ਪਿੰਡ ਵਿੱਚ, ਨਾ ਹੀ ਕਿਸੇ ਨਾਲ ਵੈਰ ਆ। ਹਰ ਇੱਕ ਬੰਦੇ ਨਾਲ ਮਿਲ ਵਰਤਣ ਵਾਲੇ ਬੰਦੇ ਨੇ, ਐਨ ਟੌਪ ਦੇ ਕੰਮ ਕਰਨਗੇ ਸਾਡੇ ਪਿੰਡ ਖਾਤਰ। ਇਦੂ ਵਧੀਆ ਬੰਦਾ ਸਾਡੇ ਪਿੰਡ ਨੂੰ ਨਹੀਂ ਮਿਲ ਸਕਦਾ। ਤੁਸੀਂ ਕੰਮਾਂ ਦੀ ਗੱਲ ਕਰੋ, ਕਿਹੜੇ ਕਿਹੜੇ ਤੁਸੀਂ ਕੰਮ ਦੀ ਇਹਨਾਂ ਤੋਂ ਉਮੀਦ ਰੱਖੀ? ਕੰਮ ਜੀ ਇਹਨਾਂ ਸਾਰੇ ਕੰਮ ਕਰਨਗੇ, ਜਿਵੇਂ ਗਰਾਊਂਡ ਬਾਰੇ, ਲਾਇਬ੍ਰੇਰੀ ਬਾਰੇ, ਹੋਰ ਵੀ ਪਿੰਡ ਚ ਜਿੰਨੇ ਵੀ ਗਲੀਆਂ ਨਾਲੀਆਂ, ਹੋਰ ਭਾਈਚਾਰਾ ਕਾਇਮ ਰੱਖਣ ਖਾਤਰ ਵੀ ਐਨ ਮਾਣਦਾਰ ਬੰਦੇ ਨੇ, ਇਹਨਾਂ ਕਿਸੇ ਪਾਸੇ ਪਾਰਟੀ ਨਾਲ ਹੈ ਨਹੀਂ ਲਿੰਕ। ਜੇ ਆਪਾਂ ਯੂਥ ਦੀ ਗੱਲ ਕਰੀਏ, ਜਿੱਧਰ ਯੂਥ ਪਹੁੰਚੇ ਲਗਭਗ ਜਿੱਥੋਂ ਪੱਕੀ ਹੁੰਦੀ ਹੈ, ਤਾਂ ਤੁਹਾਡਾ ਯੂਥ ਬਾਰੇ ਕੀ ਕਹਿਣਾ? ਯੂਥ ਸਾਡਾ ਸਾਰਾ ਇੱਕ ਪਾਸੇ ਹੋਇਆ ਖੜਾ ਜੀ, ਦੋਨੇ ਬੱਤੀਆਂ ਵਿਹੜਾ ਵੀ ਸਾਰੇ ਇਕੱਠੇ ਹੋ ਕੇ, ਹਰ ਇੱਕ ਬੰਦਾ ਚਾਹੁੰਦਾ ਵੀ ਨਛੱਤਰ ਸਿੰਘ ਆੜਤੀ ਨੂੰ ਆਪਾਂ ਜਿੰਦਾਬਾਦ ਕਰੀਏ। ਮੇਰਾ ਨਾਮ ਹੈ ਜੀ ਰਣਜੀਤ ਸਿੰਘ। ਬਲਜੀਤ ਕੌਰ ਜੀ ਇਲੈਕਸ਼ਨ ਲੜ ਰਹੇ, ਤੁਸੀਂ ਸਮਰਥਨ ਦੇ ਰਹੇ ਹੋ, ਤੁਸੀਂ 2 ਦਿਨ ਰਹਿ ਕੇ ਵੋਟਿੰਗ ਦੇ ਵਿੱਚ, ਤੁਸੀਂ ਉਹਨਾਂ ਦਾ ਜਿਹੜਾ ਉਹਨਾਂ ਦਾ ਇਕੱਠ ਉਹਦਾ ਇੱਕ ਤੁਸੀਂ ਇਸ ਬਣੇ ਕੀ ਕਹਿਣਾ ਚਾਹੋਗੇ? ਅਸੀਂ ਇਹੀ ਕਹਿਣਾ ਚਾਹਾਂਗੇ ਜੀ, ਜਿਹੜੇ ਬਲਜੀਤ ਕੌਰ ਨੇ ਜੀ, ਉਹ ਪਿੰਡ ਦੇ ਸਮੁੱਚੇ ਸੂਝਵਾਨ ਹੈਗੇ ਨੇ, ਠੀਕ ਹੈ ਜੀ, ਉਹਨਾਂ ਨੂੰ ਚੰਗੇ ਮਾੜੇ ਦਾ ਸਭ ਆਈਡੀਆ ਹੈਗਾ। ਆਉਣ ਵਾਲੀਆਂ ਮਤਲਬ ਜਿਹੜੇ ਪਹਿਲਾਂ ਸਾਡੇ ਮੋਢੀ ਰਹੇ ਨੇ, ਉਹਨਾਂ ਤੋਂ ਅਸੀਂ ਇੰਨੇ ਪ੍ਰਸੰਨ ਹੈ ਨਹੀਂ ਸੀਗੇ, ਇਸੇ ਕਰਕੇ ਅਸੀਂ ਇਹਨਾਂ ਦਾ ਸਮਰਥਨ ਦੇ ਰਹੇ ਹਾਂ। ਜਿਹੜਾ ਵੀ ਕੰਮ ਹੋਊਗਾ ਉਹ ਸੱਜੇ ਢੰਗ ਨਾਲ ਕਰਨਗੇ ਜੀ। ਜੀ ਕਿਹੜੇ ਕਿਹੜੇ ਕੰਮ ਦੀ ਉਮੀਦ ਰੱਖੀ? ਕੰਮ ਦੀ ਉਮੀਦ ਤਾਂ ਮੇਨ ਇਹੀ ਹੈ ਜੀ, ਅਸੀਂ ਜੇ ਅਸੀਂ ਆਸੇ ਪਾਸੇ ਦੇ ਪਿੰਡਾਂ ਦੀ ਨੁਹਾਰ ਦੇਖੀਏ, ਉਹ ਨੁਹਾਰ ਕੁਛ ਹੋਰ ਆ ਤੇ ਸਾਡੇ ਪਿੰਡ ਦੀ ਨੁਹਾਰ ਕੁਛ ਹੋਰ ਹੈ ਜੀ। ਅਸੀਂ ਉਸ ਚੀਜ਼ ਨੂੰ ਬਦਲਣਾ ਚਾਹੁੰਦੇ ਹਾਂ। ਮੇਨ ਗਲੀਆਂ ਨਾਲੀਆਂ ਦੇ ਮੁੱਦੇ ਨਹੀਂ ਹੈਗੇ ਜੀ, ਪਿੰਡ ਦੇ ਹੋਰ ਬਹੁਤ ਮੁੱਦੇ ਨੇ, ਕੋਈ ਸਕੂਲ ਦਾ, ਲਾਇਬ੍ਰੇਰੀ ਦਾ, ਮਤਲਬ ਕਿ ਬੱਚਿਆਂ ਲਈ ਪਾਰਕਿੰਗ ਦਾ, ਇਹ ਸਾਰੇ ਮਤਲਬ ਮੁੱਦਿਆਂ ਨੂੰ ਇਹਨਾਂ ਨਾਲ ਅਸੀਂ ਬੈਠ ਕੇ ਡਿਸਕਸ ਕੀਤੀ ਸੀ, ਉਹ ਕਹਿੰਦੇ ਸੀ ਅਸੀਂ ਹੱਲ ਕਰਾਂਗੇ ਜੀ, ਉਹ ਕਰਨਗੇ ਵੀ, ਸਾਨੂੰ ਉਮੀਦ ਆ ਉਹ ਕਰਨਗੇ ਵੀ। ਇਸੇ ਕਰਕੇ ਆਪਾਂ ਪੂਰੀ ਪਾਰਟੀ ਜਿਹੜੀ ਖੜੀ ਹੈ ਪੂਰਾ ਸਹਿਮਤੀ ਨਾਲ ਖੜੇ ਹਾਂ, ਸਮਰਥਨ ਕਰ ਰਹੇ ਹਾਂ ਇਹਨਾਂ ਦਾ। ਇੱਕ ਤਾਂ ਜੀ ਸੀਨੀਅਰ ਬੰਦਾ ਹੋਣਾ ਚਾਹੀਦਾ ਜੀ, ਜਿਹੜਾ ਤਜਰਬੇਕਾਰ ਹੈ ਜੀ, ਕਿਉਂਕਿ ਪਿੰਡ ਚ ਆਪਾਂ ਸਰਪੰਚ ਚ ਹੁੰਦਾ ਗਾ, ਜਦੋਂ ਆਪਾਂ ਸੀਨੀਅਰ ਬੰਦਾ ਜਿਹਦਾ ਤਜਰਬਾ ਹੋਊ, ਘੱਟੋ ਘੱਟ 50-55 ਸਾਲ ਦਾ ਤਜਰਬਾ ਹੋਵੇ, ਤਾਂ ਪਿੰਡ ਚ ਇਹੋ ਜਿਹੇ ਫੈਸਲੇ ਵਾਲੇ ਹੁੰਦੇ ਨੇ ਜਿਹੜੇ ਕਿ ਤਜਰਬੇਕਾਰ ਬੰਦੇ ਕਰ ਸਕਦਾ ਜੀ, ਜਿਹੜਾ ਕਿ 20-25 ਸਾਲ ਦੇ ਮੁੰਡੇ ਜਾਂ ਕੋਈ ਵੀ ਅਸੀਂ ਨਹੀਂ ਕਰ ਸਕਦੇ। ਇਸ ਤਜਰਬੇਕਾਰ ਸਰਪੰਚ ਬਣਾਉਣਾ ਪਿੰਡ ਲਈ ਵੀ ਫਾਇਦਾ ਗਾ, ਤੇ ਪਿੰਡ ਚ ਜਿਹੜੇ ਕੰਮ ਨੇ ਜਿਵੇਂ ਟੋਭਿਆਂ ਦਾ ਕੰਮ ਜਾਂ ਹੋਰ ਵੀ ਜਿੰਨੇ ਵੀ ਬਾਕੀ ਯੂਥ ਲਈ ਬਹੁਤ ਵਧੀਆ ਕਰਨਗੇ ਜੀ, ਕਿਉਂਕਿ ਯੂਥ ਹੁਣ ਨਸ਼ਿਆਂ ਚ ਜਾ ਰਿਹਾ, ਜੇ ਚੰਗਾ ਸਰਪੰਚ ਤੁਰ ਸੁਣਾਂਗੇ ਆਪਾਂ, ਤਜਰਬੇ ਕਰ ਚੁਣਾਂਗੇ, ਤਾਂ ਪਿੰਡ ਦੇ ਕੋਈ ਵੀ ਫੈਸਲੇ ਨੇ ਜਿਹੜੇ ਉਹ ਚੰਗਾ ਸਰਪੰਚ ਕਰ ਸਕਦਾ ਜਿਹਦਾ ਤਜਰਬਾ ਹੋਊਗਾ।